ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਮੈਂ ਤੁਹਾਨੂੰ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਹੋ, ਇਹ ਘੁੱਗੀ ਗਾਨੇ ਵਾਲੀ ਘੁੱਗੀ ਦੀ ਆਵਾਜ਼ ਹੈ। ਅਤੇ ਜਦੋਂ ਇਹ ਬੋਲਦੀ ਹੈ ਤਾਂ ਮੈਨੂੰ ਬਚਪਨ ਵਿੱਚ ਸੁਣੀਆਂ ਕਹਾਣੀਆਂ ਯਾਦ ਆ ਜਾਂਦੀਆਂ। ਇੱਕ ਕਹਾਣੀ ਮੇਰੇ ਪਾਪਾ ਸੁਣਾਉਂਦੇ ਹੁੰਦੇ ਸੀ ਘੁੱਗੀ ਬਾਰੇ, ਉਹ ਕਹਾਣੀ ਮੈਨੂੰ ਹਮੇਸ਼ਾ ਇਸ ਘੁੱਗੀ ਨੂੰ ਸੁਣ ਕੇ ਯਾਦ ਆਉਂਦੀ ਹੈ। ਇੱਕ ਕਹਾਣੀ ਨਹੀਂ ਬਲਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਪੰਛੀਆਂ ਦੇ ਉੱਤੇ ਜਾਂ ਜਾਨਵਰਾਂ ਦੇ ਉੱਤੇ ਹੁੰਦੀਆਂ ਸੀ ਪਹਿਲਾਂ, ਕਿਉਂਕਿ ਮਨੁੱਖ ਸੀ ਜਿਹੜਾ ਉਹ ਕੁਦਰਤ ਨਾਲ ਬਹੁਤ ਜੁੜਿਆ ਹੋਇਆ ਸੀ। ਤਾਂ ਜਿਹੜੇ ਉਹਦੇ ਬਾਤਾਂ ਵਿਚਲੇ ਕਹਾਣੀਆਂ ਵਿਚਲੇ ਪਾਤਰ ਸਨ ਉਹ ਵੀ ਕੁਦਰਤ ਵਿੱਚੋਂ ਹੀ ਉਹਨੇ ਲਏ ਸੀ। ਜੀਵ ਜੰਤੂ ਸੀ, ਗਿੱਦੜ, ਬਿੱਲੀ, ਘੁੱਗੀ, ਤਾਂ ਇੰਨੇ ਸਾਰੇ ਪਾਤਰ ਜਿਹੜੇ ਉਹਦੀਆਂ ਜਿਨ੍ਹਾਂ ਨਾਲ ਉਹ ਵਿਚਰਦਾ ਸੀ ਉਹਨਾਂ ਨੂੰ ਹੀ ਕਹਾਣੀਆਂ ਦੇ ਵਿੱਚ ਲੈ ਕੇ ਆਪਣੇ ਬੱਚਿਆਂ ਨੂੰ ਅਗਾਂਹ ਸਿੱਖਿਆ ਦਿੰਦਾ ਸੀ। ਅੱਜ ਕੱਲ੍ਹ ਨਾ ਬਾਤਾਂ ਹੈਗੀਆਂ, ਨਾ ਬਾਤਾਂ ਨੂੰ ਕੋਈ ਸੁਣਨਾ ਚਾਹੁੰਦਾ। ਇਹੀ ਤਰਾਸਦੀ ਹੈ ਕਿ ਅਸੀਂ ਜਿਹੜਾ ਆਪਣਾ ਵਿਰਸਾ ਹੈ, ਆਪਣਾ ਸਾਹਿਤ ਹੈ ਜਿਹੜਾ ਮੂੰਹ ਰੂਪ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਤੁਰਿਆ ਆ ਰਿਹਾ ਸੀ ਉਹਨੂੰ ਵੀ ਅਸੀਂ ਭੁੱਲ ਚੁੱਕੇ ਹਾਂ। ਇਹ ਮੈਨੂੰ ਉਹ ਘੁੱਗੀ ਲੱਗਦੀ ਹੁੰਦੀ ਹੈ ਜਿਹੜੀ ਟਾਹਲੀ 'ਤੇ ਬਹਿ ਕੇ ਬੋਲਦੀ ਸੀ, ਜਿਹਨੂੰ ਇੱਕ ਪੈਸਾ ਥਿਆ ਗਿਆ ਸੀ ਅਤੇ ਉਹ ਪੈਸਿਆਂ ਵਾਲੀ ਬਣ ਬੈਠੀ ਸੀ। ਜਦੋਂ ਰਾਹੀ ਲੰਘੇ ਸੀ ਤਾਂ ਰਾਹੀਆਂ ਨੂੰ ਚੜਾਉਂਦੀ ਸੀ ਉਹ ਕਿ ਮੇਰੇ ਕੋਲ ਬਹੁਤ ਪੈਸੇ ਹੈ। ਇਹ ਉਹ ਘੁੱਗੀ ਹੈ ਮੈਨੂੰ ਪ੍ਰਤੀਤ ਹੁੰਦੀ ਹੈ, ਪਤਾ ਨਹੀਂ ਘੁੱਗੀ ਉਹ ਹੈ ਕਿ ਨਹੀਂ, ਪਰ ਮੈਨੂੰ ਇਹ ਉਹ ਘੁੱਗੀ ਪ੍ਰਤੀਤ ਹੁੰਦੀ ਹੈ। ਉਹ ਦੇਖੋ ਬੈਠੀ ਆਲੇ ਦੇ ਵਿੱਚ, ਆਲਣਾ ਨੇ ਬੜੇ ਸੋਹਣੇ ਥਾਂ 'ਤੇ ਬਣਾਇਆ ਹੋਇਆ।